ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਿੰਦਰ ਸਿੰਘ ਫਰੋਮ ਐਰ ਇਮੀਗ੍ਰੇਸ਼ਨ ਬਠਿੰਡਾ। ਅੱਜ ਦਾ ਮੇਰਾ ਟੋਪਿਕ ਹੈ ਕਿ ਸਟੱਡੀ ਇਨ ਫਿਨਲੈਂਡ, ਜਿਹੜੇ ਕੈਂਡੀਡੇਟ ਓਲੂ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਅਪਲਾਈ ਕਰ ਦਿੱਤਾ, ਮੈਂ ਸਾਰਿਆਂ ਨੂੰ ਅਵੇਅਰ ਇਹ ਕਰੂੰਗਾ ਕਿ ਓਲੂ ਯੂਨੀਵਰਸਿਟੀ ਦੇ ਵਿੱਚ ਅਪਲਾਈ ਨਾ ਕਰੋ ਮਾਸਟਰ ਦੇ ਲਈ, ਕਿਉਂਕਿ ਓਲੂ ਯੂਨੀਵਰਸਿਟੀ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਨੇ ਸਾਰੇ ਪ੍ਰੋਗਰਾਮ ਆਨਲਾਈਨ ਨੇ, ਆਨਲਾਈਨ ਪ੍ਰੋਗਰਾਮ ਹੈਗੇ ਨੇ ਜੀ। ਤੁਸੀਂ ਉੱਥੇ ਜਾ ਕੇ ਸਟੱਡੀ ਨਹੀਂ ਕਰ ਸਕਦੇ, ਤੁਸੀਂ ਪਾਰਟ ਟਾਈਮ ਸਟੱਡੀ ਨਹੀਂ ਕਰ ਸਕਦੇ, ਤੁਸੀਂ ਬਲੈਂਡਿੰਗ ਸਟੱਡੀ ਨਹੀਂ ਕਰ ਸਕਦੇ, ਤੁਸੀਂ ਫੁੱਲ ਟਾਈਮ ਸਟੱਡੀ ਨਹੀਂ ਕਰ ਸਕਦੇ। ਜਦੋਂ ਉਸ ਦੇ ਵਿੱਚ ਸਾਰੇ ਕੋਰਸ ਹੀ ਆਨਲਾਈਨ ਨੇ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਆਪਣਾ ਵੀਜ਼ਾ ਕਿਵੇਂ ਲੈ ਸਕਦੇ ਹੋ। ਸੋ ਜਿਵੇਂ ਕਿ ਹੁਣ ਤੁਰਕੂ ਯੂਨੀਵਰਸਿਟੀ ਹੈ ਜਾਂ ਆਲਟੋ ਯੂਨੀਵਰਸਿਟੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਹੈਲਸਿੰਕੀ ਯੂਨੀਵਰਸਿਟੀ ਹੈ, ਇਹਦੇ ਵਿੱਚ ਉਸਦੇ ਵਿੱਚ ਜਿਹੜੀ ਆਈਲੈਟਸ ਦੀ ਡਿਮਾਂਡ ਹੈ ਉਹ 6 ਪੁਆਇੰਟ, ਉਹ ਘੱਟੋ ਘੱਟ 62 ਸਕੋਰ 6.5 ਬੈਂਡ ਮੰਗਦੀ ਹੈ। ਜੇ ਤੁਹਾਡੇ 6.5 ਬੈਂਡ ਹੈਗੇ ਨੇ ਦੈਨ ਤੁਸੀਂ ਇਹਨਾਂ ਯੂਨੀਵਰਸਿਟੀਆਂ ਵਿੱਚ ਅਪਲਾਈ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਅਪਲਾਈ ਨਹੀਂ ਕਰ ਸਕਦੇ ਓਲੂ ਯੂਨੀਵਰਸਿਟੀ ਦੇ ਵਿੱਚ। ਹੁਣ ਮੈਂ ਤੁਹਾਨੂੰ ਦੱਸੂੰਗਾ ਕਿ ਜਿਹੜੇ ਕੋਰਸ ਹੁੰਦੇ ਨੇ ਉਹ ਕਿਹੜੇ ਕਿਹੜੇ ਹੁੰਦੇ ਆ। ਇੱਕ ਤਾਂ ਦੇਖੋ ਜੀ ਆਪਣਾ ਪਾਰਟ ਟਾਈਮ ਕੋਰਸ ਤੁਸੀਂ ਲੈ ਸਕਦੇ ਹੋ, ਇੱਕ ਤੁਸੀਂ ਫੁੱਲ ਟਾਈਮ ਕੋਰਸ ਲੈ ਸਕਦੇ ਹੋ, ਇੱਕ ਤੁਸੀਂ ਆਨਲਾਈਨ ਕੋਰਸ ਤੁਸੀਂ ਲੈ ਸਕਦੇ ਹੋ, ਇੱਕ ਤੁਸੀਂ ਬਲੈਂਡਡ BLENDED ਬਲੈਂਡਡ ਟਾਈਪ ਦਾ ਕੋਰਸ ਤੁਸੀਂ ਲੈ ਸਕਦੇ ਹੋ। ਵੀ ਮੇਰੇ ਬਣਾਉਣ ਦਾ ਵੀਡੀਓ ਇਹ ਹੈ ਕਿ ਜੇ ਤੁਹਾਡਾ ਕਿਸੇ ਏਜੰਟ ਨੇ ਅਪਲਾਈ ਕਰ ਦਿੱਤਾ, ਤੁਸੀਂ ਆਪ ਇਸ ਚੀਜ਼ ਬਾਰੇ ਸਰਚ ਜ਼ਰੂਰ ਮਾਰੋ ਕਿ ਵਾਕਈ ਹੀ ਇਹ ਚੀਜ਼ ਹੋ ਰਹੀ ਹੈ। ਐਵੇਂ ਤੁਹਾਡੇ 52 ਸਕੋਰ ਹੋਣਗੇ ਜਾਂ ਆਪਾਂ ਕਹਿ ਸਕਦੇ ਹਾਂ 5.5 ਬੈਂਡ ਨੇ, ਤੁਹਾਨੂੰ ਕਹਿ ਦਿੰਦੇ ਜੀ ਮੇਰਾ ਤੁਰਕੂ 'ਚ ਅਪਲਾਈ ਕਰਤਾ, ਮੇਰਾ ਓਲੂ 'ਚ ਅਪਲਾਈ ਕਰਤਾ ਜੀ, ਮੇਰਾ ਆਪਾਂ ਕਹਿ ਸਕਦੇ ਕਿ ਹੈਲਸਿੰਕੀ ਵਿੱਚ ਅਪਲਾਈ ਕਰਤਾ, ਇਹਨਾਂ ਯੂਨੀਵਰਸਿਟੀਆਂ ਦੇ ਵਿੱਚ 6.5 ਬੈਂਡ ਉਹ ਮੰਗਦੇ ਆ। ਤੁਸੀਂ ਆਪ ਵੈਬਸਾਈਟ ਦੇ ਉੱਪਰ ਜਾ ਕੇ ਚੈੱਕ ਕਰੋ, ਯਕੀਨ ਕਿਸੇ 'ਤੇ ਨਾ ਕਰੋ, ਅੱਖਾਂ ਮੀਚ ਕੇ ਨਾ ਬੈਠੋ ਜੀ ਮੇਰਾ ਤਾਂ ਫਲਾਨੇ ਏਜੰਟ ਨੇ ਅਪਲਾਈ ਕੀਤਾ। ਕੋਈ ਨਹੀਂ, ਜਦੋਂ ਆਊਗਾ ਐਡਮਿਸ਼ਨ ਲੈਟਰ ਮੈਨੂੰ ਜੀ ਉਹਨਾਂ ਨੇ ਫੋਰਮੈਟ ਵੀ ਭੇਜਤਾ, ਐਂਟਰੈਂਸ ਐਗਜ਼ਾਮ ਕਿਵੇਂ ਹੋਊਗਾ ਉਹ ਤਿਆਰੀ ਵੀ ਚਲੋ ਕਰਾ ਰਹੇ ਨੇ, ਬਟ ਤੁਸੀਂ ਪਲੀਜ਼ ਆਪ ਤਾਂ ਚੈੱਕ ਕਰ ਲਓ ਨਾ ਇੱਕ ਵਾਰੀ ਕਿ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਕੀ ਹੈ, ਕੀ ਐਲੀਜੀਬਿਲਟੀ ਕ੍ਰਾਈਟੀਰੀਆ ਹੈ। ਠੀਕ ਹੈ, ਮੈਂ ਬਾਰ ਬਾਰ ਇਹੀ ਕਹਿ ਰਿਹਾ ਕਿ ਜਿਹੜੀ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਜਾਂ ਜਿਨ੍ਹਾਂ ਵਿੱਚ ਤੁਸੀਂ ਵਿਦਾਊਟ ਆਈਲੈਟਸ ਅਪਲਾਈ ਕਰ ਸਕਦੇ ਹੋ, ਉਹਨਾਂ ਵਿੱਚ ਹੀ ਅਪਲਾਈ ਕਰੋ। ਤੁਸੀਂ ਸਿਰਫ ਤੁਸੀਂ ਨੰਬਰ 6 ਨੰਬਰ ਕੋਰਸ, ਤੁਸੀਂ 6 ਟਾਈਪ ਆਫ ਨੰਬਰ ਤੁਸੀਂ ਕੋਰਸ ਚੂਜ਼ ਕਰ ਸਕਦੇ ਹੋ, ਤੁਸੀਂ ਜ਼ਿਆਦਾ ਕੋਰਸ ਚੂਜ਼ ਨਹੀਂ ਕਰ ਸਕਦੇ। ਹੁਣ ਜਿਹੜਾ ਪਾਰਟ ਟਾਈਮ ਆਉਂਦਾ, ਕਈ ਕੈਂਡੀਡੇਟ ਕੀ ਹੁੰਦੇ ਜੀ ਆਪਾਂ ਅਪਲਾਈ ਕਰਤਾ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਆਪਣਾ ਪਾਰਟ ਟਾਈਮ ਚੂਜ਼ ਹੋ ਗਿਆ। ਪਾਰਟ ਟਾਈਮ ਦਾ ਕੀ ਹੁੰਦਾ ਕਿ ਤੁਸੀਂ ਉੱਥੇ ਜਾ ਕੇ ਸਟੱਡੀ ਵੀ ਕਰੋਗੇ, ਤੁਸੀਂ ਉੱਥੇ ਜਾ ਕੇ ਵਰਕ ਵੀ ਕਰੋਗੇ, ਮਤਲਬ ਕਿ ਉਹਦਾ ਵਰਕ ਤਾਂ ਤੁਸੀਂ ਸਾਰਿਆਂ 'ਚ ਹੀ ਕਰ ਸਕਦੇ ਹੋ, ਬਟ ਪਾਰਟ ਟਾਈਮ ਇੱਕ ਅਲੱਗ ਆਪਸ਼ਨ ਹੁੰਦੀ ਹੈ, ਉਹ ਫੁੱਲ ਟਾਈਮ ਸਟੱਡੀ ਦੇ ਵਿੱਚ ਨਹੀਂ ਆਉਂਦਾ। ਪਾਰਟ ਟਾਈਮ ਦੇ ਵਿੱਚ ਵੀ ਕੀ ਹੁੰਦਾ ਕਿ ਤੁਹਾਡੇ ਜਿਹੜੇ ਵੀਜ਼ੇ ਦੇ ਚਾਂਸ ਨੇ ਬੜੇ ਘੱਟ ਨੇ, ਵੀਜ਼ਾ ਆਵੇ ਨਾ ਆਵੇ ਇਸ ਦੀ ਕੋਈ ਗਰੰਟੀ ਨਹੀਂ। ਸੋ ਇਹ ਚੀਜ਼ ਬਾਰੇ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਮੇਰਾ ਕੋਰਸ ਫੁੱਲ ਟਾਈਮ ਦੇ ਵਿੱਚ ਅਪਲਾਈ ਕੀਤਾ ਜਾਂ ਪਾਰਟ ਟਾਈਮ ਦੇ ਵਿੱਚ ਅਪਲਾਈ ਕੀਤਾ। ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਤੁਸੀਂ ਫੁੱਲ ਟਾਈਮ ਦੇ ਵਿੱਚ ਹੀ ਅਪਲਾਈ ਕਰਨਾ, ਕਿਉਂਕਿ ਫੁੱਲ ਟਾਈਮ ਦੇ ਵਿੱਚ ਹੀ ਤੁਹਾਡਾ ਵੀਜ਼ਾ ਆਊਗਾ, ਪਾਰਟ ਟਾਈਮ ਦੇ ਵਿੱਚ ਕਦੇ ਵੀ ਤੁਹਾਡਾ ਵੀਜ਼ਾ ਨਹੀਂ ਆਊਗਾ। ਇੱਕ ਆਉਂਦਾ ਆਨਲਾਈਨ ਕੋਰਸ, ਜਿਹੜਾ ਆਨਲਾਈਨ ਕੋਰਸ ਹੈ ਉਹ ਤੁਸੀਂ ਇੱਥੇ ਘਰੇ ਬੈਠੇ ਵੀ ਕੋਰਸ ਤੁਸੀਂ ਲੈ ਸਕਦੇ ਹੋ, ਘਰੇ ਬੈਠੇ ਵੀ ਤੁਸੀਂ ਪੜ੍ਹ ਸਕਦੇ ਹੋ, ਪਰ ਜੇ ਤੁਸੀਂ ਆਨਲਾਈਨ ਹੀ ਕੋਰਸ ਕਰਨਾ ਹੈ ਫਿਰ ਤੁਹਾਨੂੰ ਵੀਜ਼ਾ ਲੈਣ ਦੀ ਕੀ ਲੋੜ ਹੈ, ਫਿਰ ਤੁਹਾਨੂੰ ਉੱਥੇ ਜਾਣ ਦੀ ਕੀ ਲੋੜ ਹੈ, ਫਿਰ ਆਨਲਾਈਨ ਦਾ ਵੀ ਕੋਈ ਵੀ ਫਾਇਦਾ ਨਹੀਂ। ਬਟ ਕਈ ਯੂਨੀਵਰਸਿਟੀਆਂ ਦੇ ਵਿੱਚ ਬਲੈਂਡਡ ਟਾਈਪ ਦਾ ਜੋ ਸਿਸਟਮ ਹੈ, ਜੋ ਕੋਰਸ ਆਪਾਂ ਕਹਿ ਸਕਦੇ ਹਾਂ ਜਾਂ ਪ੍ਰੋਗਰਾਮ ਹੈ, ਜਿਹੜਾ ਬਲੈਂਡਡ ਹੈ BLENDED ਬਲੈਂਡਡ ਹੈ ਨਾ, ਇਸਦਾ ਮਤਲਬ ਹੁੰਦਾ ਹੈ ਕਿ ਉੱਥੇ ਤੁਹਾਨੂੰ ਟੀਚਰ ਵੀ ਕਰਾਊਗਾ, ਉੱਥੇ ਤੁਹਾਨੂੰ ਆਨਲਾਈਨ ਵੀ ਹੋਊਗਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪ੍ਰੋਜੈਕਟਰ ਲੱਗਿਆ, ਪ੍ਰੋਜੈਕਟਰ ਉਸਦੇ ਵਿੱਚ ਤੁਹਾਨੂੰ ਕਲਾਸਾਂ ਦੇ ਰਹੇ ਨੇ, ਤੁਹਾਨੂੰ ਦੱਸ ਰਹੇ ਵੀ ਇਹ ਚੀਜ਼ ਆਹ ਹੁੰਦੀ ਹੈ, ਤੁਹਾਨੂੰ ਸੈਮੀਨਾਰ ਵੀ ਹੋ ਰਿਹਾ, ਵੀ ਉਹ ਦੋਨੇ ਟਾਈਪ ਦਾ ਆ ਜਾਂਦਾ। ਉਸਦੇ ਵਿੱਚ ਆਨਲਾਈਨ ਵੀ ਹੁੰਦਾ, ਫੇਸ ਟੂ ਫੇਸ ਵੀ ਹੁੰਦਾ, ਉਹ ਤੁਹਾਡੇ 'ਤੇ ਹੈ ਤੁਸੀਂ ਉੱਥੇ ਜਾ ਕੇ ਕਿਵੇਂ ਤੁਸੀਂ ਚੂਜ਼ ਕਰ ਸਕਦੇ ਹੋ। ਬਟ ਸਭ ਤੋਂ ਬੈਸਟ ਮੈਂ ਇਹੀ ਕਹੂੰਗਾ ਕਿ ਤੁਹਾਨੂੰ
फुल टाइम वाला कोर्स ही लेना चाहिए। जे थोड़ा किसी भी एजेंट ने अप्लाई किया है तो उन्होंने तुसी ये चीज पूछो कि मेरा फुल टाइम दे विच अप्लाई किया है। जे थोड़ा उन्होंने तुर्कू यूनीवर्सिटी दे विच अप्लाई किया है मास्टर दे लई, दैन तुसी वैबसाइट दे जाके आप चैक करो कि कोई कोर्स हैगा जिदे विच तुसी फुल टाइम जॉब कर सकते हो। उत्ते एक भी कोर्स तुहानू मिलिया तां तुसी मैनू जदों मर्जी मेरे वट्सएप स्क्रीनशॉट तुसी मैनू पा सकदे हो। उहदे विच एक भी कोर्स नहीं ओलू यूनीवर्सिटी दे विच जिहड़ा तुसी उत्ते फुल टाइम कर सकते हो। सारे कोर्स ही उत्ते पार्ट आपां कह सकते हां कि ऑनलाइन कोर्स ने। इस दे नाल जिहड़ी आल्टो यूनीवर्सिटी है जां हेलसिंकी यूनीवर्सिटी है जां तुर्कू यूनीवर्सिटी है, कहिंदे ने जिन्हें बीटेक कीती है, जिन्हां ने एमबीए कीती है जां फलानी मास्टर डिग्री कीती है, जो विदाउट आईलेट्स ला सकदे है। बट यूनीवर्सिटी ने यह चीज़ कित्थे लिखी है कि जिन्होंने बीटेक कीती है जां फलानी डिग्री कीती है जो विदाउट आईलेट्स इन्हां यूनीवर्सिटी च अप्लाई कर सकते है, वह नहीं अप्लाई कर सकते जे थोड़े 62 स्कोर नहीं है। सो तुसी बैमक दे विच अप्लाई करो, तुसी सैमक दे विच अप्लाई करो, तुसी हैमक दे विच अप्लाई करो, तुसी जैमक दे विच अप्लाई करो। इन्हां यूनीवर्सिटीआं दे विच ग्रुप डिस्कशन हुंदी है, इन्हां यूनीवर्सिटीआं दे विच इक नॉर्मल एंट्रेंस एग्जाम हुंदा है एंड एक इंटरव्यू भी हुंदी है। हर एक यूनीवर्सिटी दा अलग अलग प्रोसैस है, कईआं दे विच कैमरा ऑन हुंदा है, कईआं दे विच कैमरा नहीं ऑन हुंदा। सो तुसी इस रिक्वायरमेंट नूं तुसी रीड कर सकते हो कि उन्हां ने इंस्ट्रक्शन दे विच लिखे है कि नहीं लिखे। जे उन्होंने इंस्ट्रक्शन दे विच इह चीज़ लिखी है कि तुसी जदों एग्जाम दोगे थोड़े कोले नैट होना जरूरी है, थोड़े कोले माइक्रोफोन होना जरूरी है, थोड़े कोले लैपटॉप होना जरूरी है, थोड़े कोले इंटरनेट फैसिलिटी होनी जरूरी है। यह चीज़ लिखी नहीं तो कैमरा वगैरह ऑनलाइन ये चीज़ नहीं होगी। जे लिखी है दैन उत्ते कैमरा वगैरह ऑनलाइन होगा। हुण एक प्राइवेट यूनीवर्सिटी है जिहदा नाम है हाजा हिलिया इसका नाम है, प्राइवेट यूनीवर्सिटी है। इस दे विच भी तुसी अप्लाई कर सकते हो। मैं हुण तुहानू कहां कि तुसी इस दे विच एंट्रेंस एग्जाम तो बिना अप्लाई कर सकते हो। देखो रिक्वायरमेंट दे विच की लिखा कि एंट्रेंस एग्जाम वो नहीं लैंदे, बट एक प्राइवेट यूनीवर्सिटी है, इस दे विच एप्लीकेशन फीस आऊगी 10,000 रुपया, तुसी अप्लाई कर सकते हो। बट इस दे विच मैं तुहानू 101% श्योर नहीं कह सकता कि एंट्रेंस एग्जाम इस दे विच नहीं हुंदा। बट इस दे विच की है कि मास्टर वाले जिहड़े कैंडीडेट अप्लाई करनगे उन्हां वास्ते 2 साल का मास्टर का एक्सपीरियंस तो तुहानू पता है कि हर यूनीवर्सिटी दे विच ही लगता है, फिनलैंड दे विच जरूरी है। पर इस दे विच एक अलग तो एक फॉर्म फिलअप करना पैंदा है जिस दे विच तुसी लिख सकते हो कि मैं जॉब किन्ने तो किन्ने टाइम कीती है, की मेरी सैलरी है, उसका भी जो भी अपना परफॉर्म है मैं तुहानू दस दूंगा भी की इसका परफॉर्म है। तुसी इस दे विच भी नाल नाल अप्लाई कर सकते हो एंड इस दे नाल नाल स्वीडन नू भी नाल लैके चलो, स्वीडन दे विच भी तुसी अप्लाई कर सकते हो। बट यूनीवर्सिटी चैक कर, पहला चैक करो कि यूनीवर्सिटी की एलिजीबिलिटी क्राइटेरिया की है, तुसी विदाउट आईलेट्स जा सकते हो जां की फीस स्ट्रक्चर है, जां की इहदा प्रोपर अपना कह सकते हैं कि एग्जाम वगैरह की की रिक्वायरमेंट है। ये चीज़ां नूं देख के फिर ही वो करो, कदे भी किसी एजेंट ते अक्खां मीच के बिना गल तो यकीन ना करो। जिहदा तुसी आप अप्लाई कर लोगे जां किसी तों कर लोगे, जिवें भी तुहानूं लगदा तुसी कर लोगे, बट इस चीज़ नूं जरूर मद्देनज़र रखते हुए ध्यान दे नाल जरूर देखियो। मेरी वीडियो नूं लाइक ते शेयर एंड सबसक्राइब करना ना भुल्यो, क्योंकि असी हमेशा ही आपके चैनल उपर जिहड़ी कि बिल्कुल इनफॉर्मेटिव है, जिहड़ी कि बिल्कुल सच्चाई है, असी उस दे रिगार्डिंग ही वीडियो बनाउणे आ। देखो असी इन्ना जोर लाउणे आ क्योंकि जो प्रोफाइल है, जो रिक्वायरमेंट है, ईवन कि मैं हुण नीदरलैंड दे भी मैं प्रोपर वीडियो बनाऊंगा जिहड़ी बिल्कुल सच्चाई है, मैं उस दे रिगार्डिंग ही वीडियो बनाउणा है। भी मेरा मेन मोटिव यह नहीं कि तुसीं मेरे चैनल सबसक्राइब कर दो, मेरे सबसक्राइबर बढ़ जाणगे, बस ये है कि जिहड़ी मैं वीडियो बनाऊंगा वह फिर थोड़े तक पहला पहुँचूंगी। सो जे तुसीं सबसक्राइबर कर दोगे तुसीं मेरी वीडियो देख सकते हो, नहीं जिवें तुहानूं सही लगे। सो थोड़ा बहुत बहुत धन्यवाद मेरी वीडियो देखने लिए। सत श्री अकाल जी।